ਇਹ ਬਾਲ ਸ਼ੂਟਰ ਬੜਾ ਵਧੀਆ ਖਿਡੌਣਾ ਹੈ। ਸਾਨੂੰ ਲੋੜ ਪਏਗੀ ਇੱਕ ਪਲਾਸਟਿਕ ਬੋਟਲ, ਰਬੜ ਬੈਂਡ, ਕੈਂਚੀ, ਧਾਗਾ ਅਤੇ ਪਿੰਗ ਪੋਂਗ ਬਾਲ ਦੀ। ਢੱਕਣ ਦੇ ਪਾਸਿਓਂ 10 ਸੈਂਟੀਮੀਟਰ ਛੱਡ ਕੇ ਬੋਟਲ ਨੂੰ ਕੱਟ ਦਿਵੋ। ਸਾਨੂੰ ਇੱਕ ਕੋਨੀਕਲ ਕੱਪ ਮਿਲੇਗਾ। ਕੱਪ ਦੇ ਕੰਢੇ ਅਤੇ ਲਾਈਨਾਂ ਆਪਸ ਵਿੱਚ 90 ਡਿਗਰੀ ਦਿਸ਼ਾ 'ਤੇ ਲਗਾਓ, ਜੋ ਕਿ 1 ਸੈਂਟੀਮੀਟਰ ਡੂੰਘੇ ਕੱਟ ਹੋਣ ਜਿੱਥੇ ਰਬੜ ਬੈਂਡ ਰੱਖੇ ਜਾਣਗੇ। ਰਬੜ ਬੈਂਡ ਨੂੰ ਖਿੱਚ ਕੇ 2 ਆਮੋ ਸਾਹਮਣੇ ਵਾਲੇ ਕੱਟ ਵਿੱਚ ਫਸਾ ਦਿਵੋ। ਇਸ ਨਾਲ ਸੈਮੀ ਸਰਕਲ ਆਕਾਰ ਬਣ ਜਾਏਗਾ। ਦੂਜਾ ਬੈਂਡ ਇਸ 'ਤੇ ਰਾਈਟ ਐਂਗਲ 'ਤੇ ਲਗਾਓ, ਜਿਸ ਕਰਕੇ ਦੋਵੇਂ ਰਬੜ ਸੈਂਟਰ ਵਿੱਚੋਂ ਇੱਕ ਦੂਜੇ 'ਤੇ ਨੂੰ ਕੱਟਣਗੇ। ਬੋਟਲ ਦੇ ਢੱਕਣ ਵਿੱਚ ਇੱਕ ਮੋਰੀ ਕਰੋ। ਰਬੜ ਬੈਂਡ ਨੂੰ ਮਿਲਣ ਕੇਂਦਰ ਭਾਵ ਜੰਕਸ਼ਨ 'ਤੇ ਇੱਕ ਧਾਗਾ ਬੰਨੋ ਅਤੇ ਇਸ ਨੂੰ ਢੱਕਣ ਦੀ ਮੋਰੀ ਵਿੱਚੋਂ ਕੱਢ ਕੇ ਇਸ ਧਾਗੇ ਦੇ ਸਿਰੇ 'ਤੇ ਮੋਤੀ ਲਗਾ ਦਿਓ। ਇਹ ਧਾਗਾ ਟ੍ਰਿਗਰ ਦਾ ਕੰਮ ਕਰੇਗਾ। ਧਾਗੇ ਨੂੰ ਖਿੱਚਦੇ ਸਾਰ ਹੀ ਰਬੜ ਵਿੱਚ ਖਿੱਚ ਪਏਗੀ ਅਤੇ ਉਹ ਸਪਰਿੰਗ ਦਾ ਕੰਮ ਕਰਨਗੀਆਂ, ਜਿਸ ਨਾਲ ਬਾਲ ਬਾਹਰ ਉੱਡ ਕੇ ਆਏਗੀ। ਹੁਣ ਪਿੰਗ ਪੋਂਗ ਬਾਲ ਨੂੰ ਰਬੜ ਬੈਂਡ ਉੱਤੇ ਰੱਖੋ ਅਤੇ ਧਾਗੇ ਨੂੰ ਖਿੱਚ ਕੇ ਛੱਡੋ। ਬਾਲ ਹਵਾ ਵਿੱਚ ਉੱਡੇਗੀ। ਇਸ ਨੂੰ ਕੈਚ ਕਰੋ ਅਤੇ ਅਭਿਆਸ ਕਰੋ।